ਡੇਲੀ ਦਾ ਮੇਰੇ ਮੁਰਗੀ ਦੇ ਵਿੱਚੋਂ ਹਜ਼ਾਰ ਮੁਰਗੀ ਵਿੱਚ 700 ਅੰਡਾ ਆ ਰਹੇ ਹੈ 700 ਅੰਡੇ ਦਾ 700 ਅੰਡਾ ਜਿਹੜਾ 40 ਰੁਪਏ ਦੇ ਹਿਸਾਬ ਦੇ ਨਾਲ 28000 ਰੁਪਏ ਦਾ ਬਣਦਾ ਜਿਦੇ ਵਿੱਚ 6000 ਫੀਡ ਖਾ ਰਹੀ ਹੈ 5000 ਰੁਪਏ ਫਾਰਮ ਦਾ ਦਵਾਈਆਂ ਦਾ ਖਰਚਾ ਪਾ ਕੇ 17000 ਰੁਪਏ ਮੈਨੂੰ ਰੋਜ਼ ਦਾ ਬਚਦਾ ਜੇ ਮੈਂ ਡੇਲੀ ਅੰਡਾ 40 ਰੁਪਏ ਦੇ ਹਿਸਾਬ ਨਾਲ ਸੇਲ ਕਰਾਂ ਤੇ ਅੱਛਾ ਇੱਕ ਦਿਨ ਦਾ ਕਿੰਨਾ ਦਾ ਅਸਰ ਰਿਹਾ ਬਚਦਾ ਹੈ 17000 ਰੁਪਏ ਇਹਦੇ ਤੇ ਜਿਹੜਾ ਖਰਚਾ ਹੈ ਨਾ 18 ਲੱਖ ਰੁਪਏ 깔 ਬੈਠੇ ਹੈ ਇਸ ਟਾਈਮ ਖਾਰਾ ਲੱਖ ਰੁਪਇਆ ਸਿਰਫ ਬਰੀਡ ਬਰੀਡ ਤੇ ਜਾਂ ਛੱਡ ਤੇ ਵੀ ਛੱਡ ਤੇ ਵਖਦਾ ਵਧਾਇਆ ਜਾ ਬਰੀਡ ਤੇ ਵਕਲ ਬੈਠੇ ਹਾਸਟਲੋਂ ਮੁਰਗੀ ਤੇ ਖਾਰਾ ਲੱਖ ਹਾਂਜੀ ਤੇ ਵਿੱਚੋਂ ਕਮਾਇਆ ਕੀ ਹਲੇ ਤੱਕ ਹਲੇ ਤੱਕ ਤੇ 2.5 ਲੱਖ ਰੁਪਇਆ ਕਮਾਇਆ ਹੋਰ ਕੀ ਕਮਾਉਣਾ ਸੀ ਉੱਥੋਂ ਨਿਕਲਦਾ ਪਿਆ ਨਾਲੋਂ ਨਾ ਸ਼ੁਕਰ ਹੈ ਅੱਲਾ ਪਾਕ ਦਾ ਲੇਕਿਨ ਨਵਾਂ ਫਾਰਮਰ ਜਿਹੜਾ ਕੰਮ ਸ਼ੁਰੂ ਕਰਦਾ ਹੈ ਉਹ ਆਂਦਰ ਚ ਮੁਸ਼ਕਿਲਾਂ ਹੀ ਬਣੀਆਂ ਨੇ ਤੇ ਸੱਚੀ ਸੱਚੀ ਗੱਲ ਦੱਸੋ ਜਿਹੜੀ ਵੀ ਹੈ ਪਹਿਲਾਂ ਪਹਿਲਾਂ ਤੇ ਹੁੰਦੀ ਹੈ ਹਰ ਬੰਦੇ ਦੀ ਮੁਸ਼ਕਿਲ ਹਰ ਚੀਜ਼ ਹਰ ਬੰਦੇ ਨੂੰ ਨਹੀਂ ਪਤਾ ਹੁੰਦਾ ਕੋਈ ਬੱਚਿਆ ਕੋਈ ਉਂਗਲੀ ਫੜ ਕੇ ਚੱਲਣਾ ਸਿੱਖਣਾ ਨੇ ਖੋਤੇ ਕਿਉਂ ਮਰਿਆ ਜੇ ਉਹ ਛੁਕ ਮਰ ਜਾ ਤੇ ਵਾਲਾ ਸਾਹਿਬ ਪੁੱਛਦੇ ਨੇ ਕਿਉਂ ਮਰਿਆ ਸਾਲਾ ਉਹ ਦੱਸਣਾ ਪੈਂਦਾ ਉਹਨਾਂ ਨੂੰ ਨਬ ਅੰਡੇ ਦਾ ਰੇਟ ਜਿਹੜਾ ਜੇ 40 ਰੁਪਏ ਵੇ 40 ਰੁਪਏ ਤੇ ਉਸ ਤੋਂ ਬਾਅਦ ਚੂਜ਼ੇ ਦਾ ਰੇਟ ਇਹ ਪਹਿਲੇ ਦਿਨ ਦਾ 70 ਰੁਪਏ ਜਿਹੜਾ 8 ਦਿਨ ਦਾ ਉਹਦਾ 100 ਰੁਪਿਆ ਤੇ ਜਿਹੜਾ 10 ਦਿਨ ਦਾ ਉਹ ਤਾਂ 150 ਰੁਪਏ ਰੇਟ ਹੈ ਜੂਜਾ ਵੀ ਸੇਲ ਕਰਦੇ ਨੇ ਮੁਰਗੀ ਵੀ ਸੇਲ ਕਰਦੇ ਨੇ ਮੁਰਗੀ ਦਾ ਰੇਟ ਜਿਹੜਾ 1350 ਰੁਪਏ ਅਸਲਾਮੁਅਲੈਕੁਮ ਵਾਲੇਕੁਮੁਸ ਸਲਾਮ ਭਾਈ ਜਾਨ ਕੀ ਹਾਲ ਚਾਲ ਨੇ ਜੀ ਭਾਈ ਜਾਨ ਠੀਕ ਸ਼ੁਕਰ ਅੱਲਾਹ ਬਾਗ ਦਾ ਅੱਛਾ ਆਪਣਾ ਨਾਂ ਤੇ ਦੱਸੋ ਮੋਮਨ ਇਕਲਾਕ ਗੋਇੰਦਕੇ ਅੱਛਾ ਮੋਮਨ ਭਾਈ ਇਹ ਦੱਸੋ ਕਿ ਮੁਰਗੀਆਂ ਤੁਸੀਂ ਕਾਫੀ ਅਰਸੇ ਤੋਂ ਪਾਲਦੇ ਪਿਓ ਕਾਫੀ ਤਜਰਬਾ ਤੁਹਾਡਾ ਇਸ ਕੰਮ 'ਚ ਕਿੰਨੀਆਂ ਮੁਰਗੀਆਂ ਜੈਸ ਟਾਈਮ ਇਸ ਟਾਈਮ ਜਿਹੜੀ 1200 ਮੁਰਗੀ ਮਾਸ਼ਾਅੱਲਾ 1200 ਮੁਰਗੀ ਕੋ ਡੇਲੀ ਦਾ ਕਿੰਨਾ ਅੰਡਾ ਆ ਰਿਹਾ ਡੇਲੀ ਦਾ ਜਿਹੜਾ 700 ਅੰਡਾ ਆ ਰਿਹਾ 700 ਅੰਡਾ ਮਾਸ਼ਾਅੱਲਾ 700 ਅੰਡਾ ਕਿਸ ਤਰ੍ਹਾਂ ਲੈ ਰਹੇ ਹੋ ਕੀ ਪਾਉਂਦੇ ਪਏ ਇਹਨਾਂ ਨੂੰ ਉਹਨਾਂ ਨੂੰ ਨਾ ਬਲਵਾਵਾਂ ਉਹਨਾਂ ਨੂੰ ਵਿਟਾਮਿਨ ਪਾ ਰਹੇ ਆ ਨਾਲ ਹਲਦੀ ਵਗੈਰਾ ਪਾ ਰਹੇ ਆ ਫੀਡ ਵਗੈਰਾ ਦੇ ਰਹੇ ਆ ਅੱਛਾ ਤੁਸੀਂ ਮਤਮਨ ਹੋ ਕਿ 1200 ਮੁਰਗੀ ਚੋਂ 700 ਅੰਡਾ ਕਾਫੀ ਹੈ ਜਾਂ ਸਮਝਦੇ ਕੋ ਹੋਰ ਆਣਾ ਚਾਹੀਦਾ ਹੈ ਨਾ ਹੋਰ ਆਣਾ ਚਾਹੀਦਾ 1.5 200 ਮੁਰਗੇ ਤੇ 1000 ਮੁਰਗੀ 1000 ਮੁਰਗੀ ਚੋਂ 700 ਅੰਡੇ ਤੇ ਮਤਮਨ ਨਹੀਂ ਮਤਮਨ ਨਾ ਸਿਰਫ ਵਿੱਚੋਂ 1000 ਦੇ ਵਿੱਚੋਂ ਕੋਈ 1.5 200 ਮੁਰਗੀ ਜਿਹੜੀ ਅੰਡਾ ਨਹੀਂ ਦੇ ਰਹੀ ਹੈਗੀ ਬਾਕੀ ਨੂੰ ਦੇਣਾ ਚਾਹੀਦਾ ਹਲੇ ਵਾਸੇ 700 ਅੰਡਾ ਦੇ ਆ ਰਹੇ ਆ ਦੋਸਤਾ Delhi ਦਾ 700 ਅੰਡਾ ਜੀ ਇਹ 700 ਅੰਡੇ ਦਾ ਕਰਦੇ ਕੀ ਹੋ ਹੈਚ ਲਗਵਾ ਰਹੇ ਆ ਅੱਛਾ ਹੈਚ ਲਗਵਾ ਕੇ ਤੇ 700 ਅੰਡਾ ਤੁਸੀਂ Delhi ਦਾ ਆ ਰਹੇ ਆ ਤੁਹਾਨੂੰ ਹੈਚ ਤੇ ਤੁਹਾਡਾ ਦੋ ਦਿਨਾਂ ਚ ਮੁਕੰਮਲ ਹੁੰਦਾ ਹੋਏਗਾ ਜੀ ਉਹਦਾ ਕੀ ਕਰਦੇ ਹੋ ਕਿਸ ਤਰ੍ਹਾਂ ਵੇਚਦੇ ਪਏ ਉਹਨੂੰ ਨਵਾ ਅਸਟਲੂ ਬੜੀ ਇਹਦੇ ਇਹਨੂੰ ਅਸੀਂ ਚੂਜ਼ਾ ਹੀ ਦਾ ਸੇਲ ਹੋ ਰਿਹਾ ਸਾਡਾ ਅੰਡਾ ਵੀ ਸੇਲ ਹੋ ਜਾਂਦਾ ਚੂਜ਼ਾ ਵੀ ਸੇਲ ਹੋ ਜਾਂਦਾ ਜਿਹੜੇ ਭਾਈ ਨੂੰ ਅੰਡਾ ਚਾਹੀਦਾ ਹੈ ਚੂਜ਼ੇ ਵਾਸਤੇ ਅੰਡਾ ਲੈ ਜਨਾ ਜਿਹਨੂੰ ਚੂਜ਼ਾ ਚਾਹੀਦਾ ਚੂਜ਼ਾ ਲੈ ਲੈਂਦਾ ਅੱਛਾ ਛੋਟੀ ਉਮਰ ਦੇ ਵਿੱਚ ਡਬਲ ਸ਼ੈੱਡ ਤੁਸੀਂ ਸੰਭਾਲਦੇ ਪਿਓ ਡਬਲ ਸ਼ੈੱਡ ਚਲਾਉਂਦੇ ਪਿਓ ਮੁਸ਼ਕਲ ਨਹੀਂ ਆਂਦੀ ਨਹੀਂ ਜੀ ਨਾਲ ਕੋਈ ਮੁਸ਼ਕਲ ਨਹੀਂ ਨਹੀਂ ਬਹੁਤ سارے ਫਾਰਮਰ ਜਿਹੜੇ ਨੇ ਆ ਆਂਦੇ ਨੇ ਕੋਈ ਮੁਸ਼ਕਲ ਨਹੀਂ ਲੇਕਿਨ ਨਵਾਂ ਫਾਰਮਰ ਜਿਹੜਾ ਕੰਮ ਸ਼ੁਰੂ ਕਰਦਾ ਹੈ ਉਹਨਾਂ ਦਾ ਇਰ ਵਿੱਚ ਮੁਸ਼ਕਲਾਂ ਹੀ ਬਣੀਆਂ ਨੇ ਤੇ ਸੱਚੀ ਸੱਚੀ ਗੱਲ ਦੱਸੋ ਜਿਹੜੀ ਵੀ ਹੈ ਪਹਿਲਾਂ ਪਹਿਲਾਂ ਤੇ ਹੁੰਦੀ ਹੈ ਹਰ ਬੰਦੇ ਨੂੰ ਮੁਸ਼ਕਲ ਹਰ ਚੀਜ਼ ਹਰ ਬੰਦੇ ਨੂੰ ਨਹੀਂ ਪਤਾ ਹੁੰਦਾ ਹੈ ਉਹ ਬੱਚਿਆ ਕੋਨ ਉਂਗਲੀ ਫੜ ਕੇ ਚੱਲਣਾ ਸਿੱਖਣਾ ਨੇ ਖੋਦੇ ਨੇ ਉੱਠ ਕੇ ਚੱਲਣਾ ਸ਼ੁਰੂ ਕਰ ਦੇਣਾ ਇਹ ਹਿਸਾਬ ਹੁੰਦਾ। ਇਹਨੂੰ ਪਾਲਣਾ ਪਹਿਲਾਂ ਕਿਹੜੀਆਂ ਮੁਸ਼ਕਲਾਂ ਆਂਦੀਆਂ ਨੇ? ਪਹਿਲੇ ਪਹਿਲੇ ਜੇ ਚੂਜ਼ਾ ਪਾਈਦਾ ਇਹਨੂੰ ਸਾਮਣਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ। ਇਹਨੂੰ ਸਾਮਣੇ ਵਾਸਤੇ ਇਹਨੂੰ ਹੀ ਇੱਛਾਈ ਦੀ ਇਹਦੀ ਦੇਖਭਾਲ ਕਰਨੀ ਹੈ, ਇਹਦਾ ਧਿਆਨ ਰੱਖਣਾ ਕਿ ਕਿਹੜਾ ਢਿੱਲਾ ਹੈ, ਕੀ ਇਹ ਕੀ ਮਸਲਾ ਨਹੀਂ ਹੈ। ਕਿਉਂ ਮਰਿਆ ਹੈ? ਜੇ ਉਹ ਚੂਕ ਮਰ ਜਾਵੇ ਤੇ ਵਾਲਾ ਸਾਹਿਬ ਪੁੱਛਦੇ ਨੇ ਕਿਉਂ ਮਰਿਆ? ਸਾਲਾ ਉਹ ਦੱਸਣਾ ਪੈਂਦਾ ਉਹਨਾਂ ਨੂੰ। ਅੱਛਾ ਹਾਂਜੀ। ਅੱਛਾ ਇਹ ਦੱਸੋ ਕਿ ਮੁਰਗੀਆਂ ਤੇ ਚਲੋ ਮਾਸ਼ਾਅੱਲਾ ਹੁਣ ਤੁਹਾਡੀਆਂ ਅੰਡੇ ਦਿੰਦੀਆਂ ਪੀਆਂ ਨੇ ਨਾਲ ਤੁਸੀਂ ਚੂਜ਼ਾ ਵੀ ਪਾਲਦੇ ਪਿਓ ਇਹ ਚੂਜ਼ਾ ਆਪਣੇ ਲਈ ਪਾਲਦੇ ਪਿਓ ਜਾਂ ਕਿ ਹੈਚ ਜਿਹੜਾ ਲੈ ਕੇ ਤੇ ਆਪਣੇ ਫਾਰਮ ਤੇ ਆ ਜਾਂਦੇ ਹੋ ਹੈਚ ਲੈ ਕੇ ਤੇ ਆਪਣੇ ਫਾਰਮ ਦੇ ਲਈ ਆ ਕੇ ਕੋ ਸੇਲ ਹੋ ਜਾਂਦਾ ਅੱਛਾ ਤੇ ਤੁਸੀਂ ਆਂਦੇ ਪਿਓ ਚੂਜ਼ਾ ਪਾਲਣਾ ਮੁਸ਼ਕਲ ਹੈ ਇੱਕ ਚੂਜ਼ਾ ਜ਼ਾਇਆ ਹੋ ਜੇ ਉਹਦਾ ਜਵਾਬ ਦੇਣੇ ਪੈਂਦਾ ਤੇ ਕਿਸ ਤਰ੍ਹਾਂ ਪਾਲਦੇ ਪਿਓ ਫਿਰ ਇਹਨੂੰ ਜਨਾਬ ਜਿੱਦੋ ਹੈਸ਼ ਨਿਕਵਾ ਕੇ ਲੈ ਆਇਆ ਤੇ ਵੈਕਸੀਨ ਵਗੈਰਾ ਲਗਵਾ ਕੇ ਪੰਜਾਂ ਘੇ ਨਿਆਬਾ ਤੇ ਇਹਦੇ ਕੇ ਪਾਣੀ ਦਾ ਖੀਦਾ ਪਾਣੀ ਤੋਂ ਬਾਅਦ ਇਹਦੇ ਅੱਗੇ ਜਿਹੜਾ ਫੀਡ ਉਹ ਕਹਿੰਦਾ ਭਾਈ ਦਿੱਤੀ ਨਾ ਘੇ ਨਿਆਬਾ ਅੱਛਾ ਫੀਡ ਵਗੈਰਾ ਪਾ ਕੇ ਤੇ ਉਸ ਤੋਂ ਬਾਅਦ ਇਹਨੂੰ ਫੀਡ ਤਿੰਨ ਘੇ ਮਹੀਨੇ ਪਰ ਪਾ ਕੇ ਤਿੰਨ ਘੇ ਨਿਆਬਾ ਫਿਰ ਫੀਡ ਚੁੱਕ ਲੈਣੀ ਫਿਰ ਪਾ ਦੇਣੀ ਹੈ ਇਸ ਹਫ਼ਤਾ ਹੁੰਦਾ ਅੱਛਾ ਤਿੰਨ ਕਿਸਮ ਦੇ ਚੂਜ਼ੇ ਨੇ ਤੁਹਾਡੇ ਕੋਲ ਚੂਜ਼ਿਆਂ ਦਾ ਰੇਟ ਵੀ ਦੱਸੋ ਤੇ ਅਗਰ ਕੋਈ ਤੁਹਾਡੇ ਕੋਲ ਅੰਡਾ ਲੈਣਾ ਚਾਹੇ ਉਹਦਾ ਵੀ ਰੇਟ ਦੱਸੋ ਨਬ ਅੰਡੇ ਦਾ ਰੇਟ ਜਿਹੜਾ ਜੇ 40 روپے 40 ਰੁਪਏ ਤੇ ਉਸ ਤੋਂ ਬਾਅਦ ਚੂਜ਼ੇ ਦਾ ਰੇਟ ਪਹਿਲੇ ਦਿਨ ਦਾ 70 ਰੁਪਏ ਜਿਹੜਾ 8 ਦਿਨ ਦਾ ਉਹਦਾ 100 ਰੁਪਿਆ ਤੇ ਜਿਹੜਾ 10 ਦਿਨ ਦਾ ਉਹ ਤਾਂ 150 ਰੁਪਿਆ ਰੇਟ ਹੈ ਅੱਛਾ ਤੇ ਕੋਈ ਮੁਰਗੀ ਵਗੈਰਾ ਕੋਂ ਅੰਡਿਆਂ ਲਈ ਸਰਦੀਆਂ 'ਚ ਖਰੀਦਣਾ ਚਾਹੇ ਤਾਂ ਉਹ ਵੀ ਦਿਓਗੇ ਜਾਂ ਕੇ ਚੂਜ਼ੇ ਹੀ ਦਿਓਗੇ ਬੱਸ ਯਾ ਚੂਜ਼ਾ ਵੀ ਸੇਲ ਕਰ ਰਹੇ ਆ ਤੇ ਮੁਰਗੀ ਵੀ ਸੇਲ ਕਰ ਰਹੇ ਆ ਮੁਰਗੀ ਦਾ ਰੇਟ ਜਿਹੜਾ 1350 ਰੁਪਿਆ ਉਮਰ ਕੀ ਹੈ ਮੁਰਗੀ ਦੀ ਭਾਣਾ ਉਮਰ ਜਿਹੜੀ ਉਹਦੀ 7 ਸਾਲੇ ਮਹੀਨੇ ਸਾਢੇ 7 ਮਹੀਨੇ 7 ਮਹੀਨੇ ਅੱਛਾ ਇਹ ਦੱਸੋ ਹੁਣ ਕਿ মুরগیاں ਤੁਹਾਡੇ ਕੋਲੋਂ ਲੈਣਾ ਚਾਹੇ ਕੋਈ ਤੇ ਘੱਟ ਤੋਂ ਘੱਟ ਕਿੰਨੀਆਂ ਦੇਵੋਗੇ ਤੇ ਜ਼ਿਆਦਾ ਜ਼ਿਆਦਾ ਕਿੰਨੀਆਂ ਦੇ ਸਕਦੇ ਨਾ ਤਿੰਨ ਮੁਰਗੀਆਂ ਤੇ ਇੱਕ ਮੁਰਗਾ ਦੇਾਂਗੇ ਦਲੀਲੀ ਚਾਜ ਦੀ ਅਸੀਂ ਖੁਦ ਦੇ ਰਹੇ ਹਾਂ ਠੀਕ ਹੈ ਅੱਛਾ ਇਹ ਦੱਸੋ ਕਿ ਅੱਜਕਲਂ ਅੰਡਿਆਂ ਦੀ ਪ੍ਰੋਡਕਸ਼ਨ ਲੈਣ ਵਾਸਤੇ ਮੈਂ ਤੁਹੀਂ ਦੱਸਦੇ ਪਿਓ ਕੋ ਪਾਊਡਰ ਵਗੈਰਾ ਰੱਖਿਆ ਜੀ ਪਾਊਡਰ ਕਿਸ ਤਰ੍ਹਾਂ ਦਈਦਾ ਤੇ ਕਿਹੜਾ ਪਾਊਡਰ ਜੇ ਉਹ ਇੱਕ ਮੁਰਗੀ ਨੂੰ ਕਿੰਨਾ ਦੇਣਾ ਚਾਹੀਦਾ ਡੇਲੀ ਦਾ ਇੱਕ ਮੁਰਗੀ ਨੂੰ ਜਿਹੜਾ ਹੈ ਨਾ ਟੋਟਲ ਮੁਰਗੀ ਮੁਰਗਾ 1200 ਮੇਰੇ ਕੋਲ ਤੇ ਇਹਨਾਂ ਵਾਸਤੇ ਜਿਹੜਾ 150 ਗ੍ਰਾਮ ਜਿਹੜਾ ਪਾਊਡਰ ਹੈ ਨਾ ਬਰੌਂਡ ਪਲੱਸ ਉਹਦਾ ਨਾਮ ਹੈ ਉਹ ਉਹਨੇ ਵੀ ਤਸਵੀਰ ਅਗੇ ਆ ਜਾਏਗੀ ਉਹਦੇ 150 ਲੈ ਕੇ 150 ਗ੍ਰਾਮ ਡੇਢ ਲੀਟਰ ਪਾਣੀ ਵਿੱਚ ਮਿਲਾ ਕੇ ਬੋਤਲ ਚ ਉਹ ਤਾਂ ਕਹਿੰਦੇ ਸ਼ੁਰੂਆਤ ਕਰੇ ਕਿ ਸਾਰੀ ਫੀਡ ਤੇ ਉੱਤੇ ਉਹਨੂੰ ਮਿਕਸ ਕਰ ਲਈਦਾ ਪਾਣੀ ਨੂੰ ਸਵੇਰ ਨੂੰ ਉਹ ਦਹੀਂ ਦਾ ਤੇ ਸ਼ਾਮ ਨੂੰ ਜਿਹੜਾ ਹਲਦੀ ਦਈਦੀ ਹੈ ਹਲਦੀ ਫੀਡ ਦੇ ਉੱਤੇ ਮਿਕਸ ਕਰਕੇ ਉਹ ਕੀ ਫਾਇਦਾ ਜੇ ਹਲਦੀ ਦਾ ਖਲ ਦੇ ਨਾਲ ਅੰਡਾ ਮੋਟਾ ਕਰਦੀ ਨਾਲ ਅੰਡਾ ਜ਼ਿਆਦਾ ਦਿੰਦੀ ਐ ਅੰਡਾ ਕਟ ਨਹੀਂ ਕਰਦੀ ਐ ਅੱਛਾ ਮਾਸ਼ਾਅੱਲਾ ਬੜੀ ਅੱਛੀ ਤੁਸੀਂ ਆਪਣੇ ਫਾਰਮ ਦੀ ਜੇ ਮੈਨੇਜਮੈਂਟ ਬੜੀ ਅੱਛੀ ਕਰਦੇ ਪਿਓ ਤੇ ਕੱਲਿਆਂ ਹੀ ਕਰਦੇ ਪਿਓ ਜਾਂ ਕਿ ਨਾਲ ਕੋ ਬੰਦਾ ਰੱਖਿਆ ਜੇ ਨਾ ਵੀ ਇਸ ਟਾਈਮ ਤੇ ਕੱਲਿਆਂ ਹੀ ਜੀ ਦੋਸਤੇ ਕਹਿੰਦੇ ਨਾਲ ਥੋੜੇ ਬਦ ਕੰਮਸ਼ੌਂ ਕਰਦੇ ਨੇ ਅੱਛਾ ਹਾਂਜੀ ਤੇ ਇਸ ਉਮਰ ਦੇ ਵਿੱਚ 1200 ਮੁਰਗੀ ਪਾਲਨਾ ਨਾਲ ਚੂਜ਼ਾ ਵੀ 1000 2000 ਤੇ ਚੂਜ਼ਾ ਹੋਣਾ ਹੀ ਐ ਉਹ ਵੀ ਪਾਲਨਾ ਕੱਲਿਆਂ ਕਿਸ ਤਰ੍ਹਾਂ ਪਾਲ ਲਿੰਦੇ ਹੋ ਤੇ ਦਿਹਾੜੀ ਕੋਈ ਦਿਨ ਨੂੰ 4-5 ਘੰਟੇ ਸੌਂ ਲਈਦਾ ਤੇ ਇਹਦਾ ਅੱਜ ਆਗਲੇ ਦਿਨਾਂ ਦੀ ਨਾਦੀ ਨੇ ਵੀ ਜਾਗ ਲਈਦਾ ਅੱਛਾ ਰਾਤ ਨੂੰ ਜਾਗ ਕੇ ਕੱਢ ਛੱਡਦੇ ਹੋ ਰਾਤ ਨੂੰ ਜਾਗਣਾ ਜ਼ਰੂਰੀ ਹੈ ਰਾਤ ਨੂੰ ਪਟੇ ਛੇਤੀ ਬਾਲੀ ਦੀ ਚੂਜੇ ਨਾਲ ਹਲਾਈਦਾ ਹਲਾਈਦਾ ਕਿ ਹੋਵੇ ਚਲੋ ਸੈਟ ਨੇ ਜਿਹੜੇ ਇਕੱਠੇ ਹੁੰਦੇ ਨੇ ਜਿਹੜਾ ਕੋ ਥੱਲੇ ਆਣਾ ਮਰ ਜਾਂਦਾ ਫਿਰ ਠੀਕ ਹੈ ਅੱਛਾ ਇਹ ਦੱਸੋ ਹੁਣ ਕਿ ਮੁਰਗੀਆਂ ਦਾ ਕੰਮ ਤੁਸੀਂ ਫਿਰ ਆਸਾਨ ਸਮਝ ਦਿਓ ਰਾਤ ਵੀ ਜਾਗਦੇ ਪਿਓ ਦਿਨੇ ਵੀ ਇਹਨਾਂ ਦਾ ਮਿਹਨਤ ਕਰਦੇ ਪਿਓ ਤੇ ਆਸਾਨ ਵੀ ਸਮਝ ਦਿਓ ਜੀ ਜੀ ਨਾ ਮੁਰਗੀਆਂ ਦੇ ਰਾਤ 8 ਵਜੇ ਤੋਂ ਬਾਅਦ ਇਹਨਾਂ ਸੋਦਾ ਘੰਟੇ ਲੈ ਰਦੇ ਨੇ 8 ਵਜੇ ਤੋਂ ਬਾਅਦ ਇਹਨਾਂ ਦਾ ਕੋਈ ਕੰਮ ਨਹੀਂ ਅੰਡੇ ਹਣੇ ਚੱਕ ਕੇ ਲਿਆ ਕੇ ਨਾ ਤਾਲਾ ਮਾਰ ਦਿੰਦੇ ਨੇ ਚੂਜ਼ਿਆਂ ਵਾਲੀ ਜ਼ਿਆਦਾ ਦੇਖਭਾਲ ਕਰਨੀ ਪੈਣੀ ਚੂਜ਼ਿਆਂ ਦੀ ਉਹਨਾਂ ਦੇ ਅੱਗੇ ਸਾਹਮਣੇ ਮੰਜੇ ਡਾਲੇ ਤੇ ਬੂਏ ਦੇ ਅੱਗੇ ਉੱਥੇ ਸਕੂਨ ਅਦਾ ਜਾ ਕਿਦਾ ਵੀ ਨਾਲ ਧਿਆਨ ਸ਼ੈਦਾ ਕਿਦਾ ਪੱਟੀ ਛੱਟੀ ਵਾਲੀ ਦੀ ਬਾਲਾਂ ਸ਼ਾਲਾਂ ਲਿਆਂਦਾ ਸਾਲਾ ਕਮ ਸ਼ਮ ਕਰੀਦਾ ਠੀਕ ਹੈ ਤੇ ਚੂਜ਼ੇ ਕਿੰਨੇ ਜ਼ਾਇਆ ਹੈ ਜਿਹਦੇ ਕਿੰਨੀ ਦਫਾ ਵਾਲੇ ਸਾਹਿਬ ਕੋ ਜਿਹੜਾ ਨਾ ਉਹ ਗੱਲਾਂ ਸੁਣਨੇ ਪਈਆਂ ਨੇ ਚੂਜ਼ੇ ਜਿਹੜੇ ਹੁੰਦੇ ਭਾਈ ਨਾ ਹਜੇ ਕਿਤਰੀ ਪੈਂਦੀ ਸਾਇਆ ਹੋਈ ਗਏ ਨੇ ਤੇ ਗੱਲਾ ਸੁਣਨੀ ਪੈਂਦੀਆਂ ਨੇ ਕੀ ਕਰੀਏ ਅੱਛਾ ਯਾਨੀ ਕਿ ਮੋਰਟੈਲਿਟੀ ਹੋ ਹੀ ਜਾਂਦੀ ਹੈ ਮੋਰਟੈਲਿਟੀ ਹੋ ਹੀ ਜਾਂਦੀ ਹੈ ਯਾ ਕੀ ਰੀਜ਼ਨ ਹੈ ਯਾ ਆਪਣਾ ਹੀ ਕੋਈ ਕਸੂਰ ਨਿਕਲ ਲੰਦਾ ਹੀ ਆ ਫਿਰ ਅਸੀਂ ਅੱਗਾ ਪੁੱਛੇ ਪੰਜ ਮਹੀਨੇ ਹੋ ਗਏ ਆ ਤੇ ਯਾ ਕੋਈ ਥੱਲੇ ਆ ਕੇ ਮਰ ਜਾਂਦੇ ਨੇ ਇਸ ਹੱਬਤਾਬ ਹੁੰਦਾ ਅੱਛਾ ਵਾਲਾ ਸਾਹਿਬ ਕਿੱਥੇ ਜੇ ਵਾਲਾ ਸਾਹਿਬ ਫਰਾਂਸ ਬੈਠੇ ਹੋਏ ਨੇ ਕਿੰਨੇ ਬਾਹਰ ਨੇ ਤੇ ਤੁਸੀਂ ਕੀ ਸਮਝਦੇ ਹੋ ਕਿ ਤੁਸੀਂ ਇੱਥੇ ਸਹੀ ਹੋ ਜਾਂ ਕਿਤੇ ਸੋਚਦੇ ਹੋ ਕੋਈ ਨਹੀਂ ਹਾਲਾ ਤਿੱਥੇ ਸਹੀ ਆ ਅੱਛਾ ਹਾਂਜੀ ਅੱਛਾ ਅਗਰ ਮੈਂ ਸ਼ਾਰਟ ਜੀ ਗੱਲ ਪੁੱਛਾਂ ਕਿ ਮਹੀਨੇ ਦਾ ਕਿੰਨਾ ਕਮਾ ਲਿੰਦੇ ਇਸ ਕੰਮ ਚੋਂ ਤੇ ਕੋਈ ਹੈ ਅੰਦਾਜ਼ਾ ਨਹੀਂ ਹਾਲਾ ਤੇ ਕੋਈ ਅੰਦਾਜ਼ਾ ਨਹੀਂ ਕਿ ਹਾਲਾ ਸਾਡੀ ਹੈਸ਼ ਨਿਕਲਣੀ ਸ਼ੁਰੂ ਹੋਈ ਗਏ ਹਾਲਾਕ 2 ਮਹੀਨੇ ਜਾ ਕੇ ਪਤਾ ਲੱਗੇਗਾ ਕਿੰਨਾ ਕ ਖਰਚਾ ਕਰ ਬੈਠੇ ਦਾ ਇਹਦੇ ਤੇ ਜਿਹੜਾ ਖਰਚਾ ਨਾ 18 ਲੱਖ ਰੁਪਏ ਕਰ ਬੈਠੇ ਐ ਇਸ ਟਾਈਮ 18 ਲੱਖ ਰੁਪਿਆ ਜੀ ਸਿਰਫ ਬਰੀਡ ਬਰੀਡ ਤੇ ਜਾਂ ਸ਼ੈੱਡ ਤੇ ਵੀ ਸ਼ੈੱਡ ਤੇ ਵੱਖਰਾ ਬੁਧਾਇਆ ਜਾ ਬਰੀਡਾ ਤੇ ਕਰ ਬੈਠੇ ਆਸਟਲੂ ਮੁਦਗੀ ਤੇ 18 ਲੱਖ ਤੇ ਵਿੱਚੋਂ ਕਮਾਇਆ ਕੀ ਹਲੇ ਤੱਕ ਹਲੇ ਤੱਕ ਦੇ 2.5 ਲੱਖ ਰੁਪਇਆ ਕਮਾਇਆ ਹੋਰ ਕੀ ਕਮਾਉਣਾ ਸੀ ਜੂਆ ਨਿਕਲਦਾ ਪਿਆ ਨਾਲੋ ਨਾਲ ਸ਼ੁਕਰ ਹੈ ਅੱਲਾ ਪਾਕ ਦਾ